ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਜੋ ਕਿ ਆਏ ਦਿਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਪੈਸੇ ਵਸੂਲੀ ਦੇ ਵਿੱਚ ਦੇਸ਼ ਭਰ ਦੇ ਵਿੱਚੋਂ 7ਵੇਂ ਸਥਾਨ ਤੇ ਹੈ। ਹਾਲਾਂਕਿ ਇਸ ਟੋਲ ਪਲਾਜ਼ੇ ਤੇ ਕਿਸਾਨਾਂ ਦੇ ਵੱਲੋਂ 45 ਦਿਨ ਧਰਨਾ ਲਗਾ ਕੇ ਰੱਖਿਆ ਗਿਆ, ਵਧੇ ਰੇਟਾਂ ਦਾ ਵਿਰੋਧ ਕੀਤਾ ਗਿਆ। ਉਸ ਤੋਂ ਬਾਅਦ ਕੋਰਟ ਦੇ ਹੁਕਮ ਹੋਏ ਔਰ ਇਹ ਟੋਲ ਪਲਾਜ਼ਾ ਮੁੜ ਤੋਂ ਚਾਲੂ ਹੋ ਗਿਆ। ਇਸ ਟੋਲ ਪਲਾਜ਼ੇ ਤੋਂ ਰੋਜ਼ਾਨਾ ਲੰਘਦੇ ਨੇ 80,000 ਵਾਹਨ। 2023-24 ਦੇ ਵਿੱਚ ਵਸੂਲ ਕੀਤੇ 296.37 ਕਰੋੜ ਰੁਪਏ, ਪਿਛਲੇ 5 ਸਾਲਾਂ ਦੇ ਵਿੱਚ ਵਸੂਲ ਕੀਤੇ 878.67 ਕਰੋੜ, 2022-23 ਦੇ ਵਿੱਚ ਵਸੂਲ ਕੀਤੇ 247.47 ਕਰੋੜ। ਹੁਣ ਫਿਰ 5% ਵਧਾਈ ਟੋਲ ਫੀਸ, ਕਾਰ ਜੀਪ ਵੈਨ ਤੇ ਲੱਗਣਗੇ 220 ਰੁਪਏ, 24 ਘੰਟਿਆਂ ਦੇ ਵਿੱਚ ਰਿਟਰਨ ਦੇ ਲੱਗਣਗੇ 330 ਰੁਪਏ, 7,360 ਰੁਪਏ ਦਾ ਬਣੇਗਾ ਮਹੀਨੇ ਦਾ ਪਾਸ, ਢੋਆ ਢੁਆਈ ਵਾਲੇ ਵਾਹਨਾਂ ਦੇ ਲੱਗਣਗੇ 355 ਰੁਪਏ, ਰਿਟਰਨ ਲੱਗਣਗੇ 535 ਰੁਪਏ, 11,885 ਰੁਪਏ ਦਾ ਬਣੇਗਾ ਮਹੀਨੇ ਦਾ ਪਾਸ। ਵੱਡੇ ਵਾਹਨਾਂ ਜਿਸ ਦੇ ਵਿੱਚ ਬੱਸ ਟਰੱਕ ਦੇ ਲੱਗਣਗੇ 745 ਰੁਪਏ, 24 ਘੰਟਿਆਂ ਦੇ ਵਿੱਚ ਰਿਟਰਨ ਦੇ ਲੱਗਣਗੇ 1,120 ਰੁਪਏ, 24,905 ਰੁਪਏ ਦਾ ਮਹੀਨੇ ਦਾ ਪਾਸ ਬਣੇਗਾ। ਹੈਵੀ ਕਮਰਸ਼ੀਅਲ ਵਾਹਨਾਂ ਦੇ ਲੱਗਣਗੇ 1,425 ਰੁਪਏ, 24 ਘੰਟਿਆਂ ਦੇ ਵਿੱਚ ਰਿਟਰਨ ਦੇ 2,140 ਰੁਪਏ, 47,545 ਰੁਪਏ ਦਾ ਬਣੇਗਾ ਮਹੀਨੇ ਦਾ ਪਾਸ। ਸੋ ਇਹ ਅੰਕੜਾ ਹੈ ਜਿਸ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਮੁੜ ਤੋਂ ਸੁਰਖੀਆਂ ਦੇ ਵਿੱਚ ਆ ਗਿਆ। ਕਿਸ ਤਰੀਕੇ ਦੇ ਨਾਲ ਅਲੱਗ ਅਲੱਗ ਵਾਹਨਾਂ ਦੇ ਵੱਖ ਵੱਖ ਰੇਟ ਫਿਕਸ ਕੀਤੇ ਹੋਏ ਨੇ ਔਰ ਮਹੀਨੇ ਦੇ ਪਾਸ ਨੇ ਜਿਹੜੇ ਉਹ ਹਜ਼ਾਰਾਂ ਦੇ ਬਣ ਰਹੇ ਨੇ। ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਜੋ ਕਿ ਆਏ ਦਿਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ, ਪੈਸੇ ਵਸੂਲੀ ਦੇ ਵਿੱਚ ਦੇਸ਼ ਭਰ ਦੇ ਵਿੱਚੋਂ 7ਵੇਂ ਸਥਾਨ ਤੇ ਹੈ। ਹਾਲਾਂਕਿ ਇਸ ਟੋਲ ਪਲਾਜ਼ੇ ਤੇ ਕਿਸਾਨਾਂ ਦੇ ਵੱਲੋਂ 45 ਦਿਨ ਧਰਨਾ ਲਗਾ ਕੇ ਰੱਖਿਆ ਗਿਆ, ਵਧੇ ਰੇਟਾਂ ਦਾ ਵਿਰੋਧ ਕੀਤਾ ਗਿਆ। ਉਸ ਤੋਂ ਬਾਅਦ ਕੋਰਟ ਦੇ ਹੁਕਮ ਹੋਏ ਔਰ ਇਹ ਟੋਲ ਪਲਾਜ਼ਾ ਮੁੜ ਤੋਂ ਚਾਲੂ ਹੋ ਗਿਆ। ਇਸ ਟੋਲ ਪਲਾਜ਼ੇ ਤੋਂ ਰੋਜ਼ਾਨਾ ਲੰਘਦੇ ਨੇ 80,000 ਵਾਹਨ। 2023-24 ਦੇ ਵਿੱਚ ਵਸੂਲ ਕੀਤੇ 296.37 ਕਰੋੜ ਰੁਪਏ, ਪਿਛਲੇ 5 ਸਾਲਾਂ ਦੇ ਵਿੱਚ ਵਸੂਲ ਕੀਤੇ 878.67 ਕਰੋੜ, 2022-23 ਦੇ ਵਿੱਚ ਵਸੂਲ ਕੀਤੇ 247.47 ਕਰੋੜ। ਹੁਣ ਫਿਰ 5% ਵਧਾਈ ਟੋਲ ਫੀਸ, ਕਾਰ ਜੀਪ ਵੈਨ ਤੇ ਲੱਗਣਗੇ 220 ਰੁਪਏ, 24 ਘੰਟਿਆਂ ਦੇ ਵਿੱਚ ਰਿਟਰਨ ਦੇ ਲੱਗਣਗੇ 330 ਰੁਪਏ, 7,360 ਰੁਪਏ ਦਾ ਬਣੇਗਾ ਮਹੀਨੇ ਦਾ ਪਾਸ, ਢੋਆ ਢੁਆਈ ਵਾਲੇ ਵਾਹਨਾਂ ਦੇ ਲੱਗਣਗੇ 355 ਰੁਪਏ, ਰਿਟਰਨ ਲੱਗਣਗੇ 535 ਰੁਪਏ, 11,885 ਰੁਪਏ ਦਾ ਬਣੇਗਾ ਮਹੀਨੇ ਦਾ ਪਾਸ। ਵੱਡੇ ਵਾਹਨਾਂ ਜਿਸ ਦੇ ਵਿੱਚ ਬੱਸ ਟਰੱਕ ਦੇ ਲੱਗਣਗੇ 745 ਰੁਪਏ, 24 ਘੰਟਿਆਂ ਦੇ ਵਿੱਚ ਰਿਟਰਨ ਦੇ ਲੱਗਣਗੇ 1,120 ਰੁਪਏ, 24,905 ਰੁਪਏ ਦਾ ਮਹੀਨੇ ਦਾ ਪਾਸ ਬਣੇਗਾ। ਹੈਵੀ ਕਮਰਸ਼ੀਅਲ ਵਾਹਨਾਂ ਦੇ ਲੱਗਣਗੇ 1,425 ਰੁਪਏ, 24 ਘੰਟਿਆਂ ਦੇ ਵਿੱਚ ਰਿਟਰਨ ਦੇ 2,140 ਰੁਪਏ, 47,545 ਰੁਪਏ ਦਾ ਬਣੇਗਾ ਮਹੀਨੇ ਦਾ ਪਾਸ। ਸੋ ਇਹ ਅੰਕੜਾ ਹੈ ਜਿਸ ਨੂੰ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਮੁੜ ਤੋਂ ਸੁਰਖੀਆਂ ਦੇ ਵਿੱਚ ਆ ਗਿਆ। ਕਿਸ ਤਰੀਕੇ ਦੇ ਨਾਲ ਅਲੱਗ ਅਲੱਗ ਵਾਹਨਾਂ ਦੇ ਵੱਖ ਵੱਖ ਰੇਟ ਫਿਕਸ ਕੀਤੇ ਹੋਏ ਨੇ ਔਰ ਮਹੀਨੇ ਦੇ ਪਾਸ ਨੇ ਜਿਹੜੇ ਉਹ ਹਜ਼ਾਰਾਂ ਦੇ ਬਣ ਰਹੇ ਨੇ।